ਫਾਇਰ ਰੈਸਕਿਊ ਵਾਲੇ ਦੀ ਬਾਈਕ, ਉਹ ਵੀ ਇਹਨਾਂ ਨੇ ਇੱਥੇ ਸ਼ੋਅ ਲਈ ਲਾਈ ਹੋਈ ਆ। ਬਹੁਤ ਜ਼ਿਆਦਾ ਰਸ਼ ਹੈ ਅਤੇ ਬਹੁਤ ਕਰਾਊਡ ਆਏ ਆ ਬਣਾ ਰਹੇ ਹੋ ਵੀ, ਫਸਟ ਟਾਈਮ ਇੰਨੇ ਕਰਾਊਡ ਦੇ ਵਿੱਚ ਵਲੌਗ ਬਣਾ ਰਹੇ। ਆਪਣੇ ਚੈਨਲ 'ਤੇ ਪਾਉਂਦੇ ਵਲੋਗਸ 'ਤੇ ਦੇ ਕਿਵੇਂ ਹੋ ਤੁਸੀਂ ਸਾਰੇ? ਅਤੇ ਹੁਣੇ ਹੁਣੇ ਆਪਾਂ 1K ਸਬਸਕ੍ਰਾਈਬਰਸ ਕਮੀਟ ਕੀਤੀ ਆ, ਅਤੇ ਤੁਹਾਡੇ ਸਾਰਿਆਂ ਨੂੰ ਬਈ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤੇ, ਮੇਰੀ ਵੀਡੀਓਜ਼ ਲਾਈਕ ਕਰਦੇ ਹੋ, ਸਾਰੇ ਵੀਡੀਓਜ਼ ਦੇਖਦੇ ਹੋ, ਅਤੇ ਆਪਾਂ ਹੁਣ ਗਰੋ ਕਰ ਰਹੇ ਹਾਂ। ਅਤੇ ਅੱਜ ਦਾ ਆਪਣਾ ਪਲੈਨ ਹੈਗਾ ਕਿ ਚੰਡੀਗੜ੍ਹ 'ਚ ਨਾ ਇਸ ਟਾਈਮ ਰੋਜ਼ ਫੈਸਟੀਵਲ ਚੱਲ ਰਿਹਾ, ਅਤੇ ਮੈਂ ਸੋਚ ਰਿਹਾ ਆਪਾਂ ਉੱਥੇ ਘੁੰਮ ਕੇ ਆਈਏ, ਮਤਲਬ ਉੱਥੇ ਦੇਖ ਕੇ ਆਈਏ ਕਿਵੇਂ ਦਾ ਮਾਹੌਲ ਆ, ਕੀ ਚੀਜ਼ਾਂ ਉੱਥੇ। ਅੱਜ ਮੈਂ ਫ੍ਰੀ ਵੀ ਹਾਂ, ਨਾਲੇ ਵਧੀਆ ਮੌਸਮ ਵੀ ਹੋਇਆ ਵਾ, ਸੋ ਅੱਜ ਆਪਾਂ ਉੱਥੇ ਚੱਲਦੇ ਹਾਂ, ਠੀਕ ਆ, ਰੋਜ਼ ਫੈਸਟੀਵਲ 'ਚ, ਅਤੇ ਉੱਥੇ ਦੇਖਦੇ ਕਿੰਨਾ ਕੁਛ ਆ। ਅਤੇ ਮੈਨੂੰ ਜਿੱਥੇ ਤੱਕ ਇਨਫੋਰਮੇਸ਼ਨ ਮਿਲੀ ਆ, ਮਤਲਬ ਮੈਂ ਜਿੰਨਾ ਪਤਾ ਕੀਤਾ ਜਾਣਿਆ, ਕਹਿੰਦੇ ਉੱਥੇ 1600 ਤਰ੍ਹਾਂ ਦੀ ਸਪੀਸੀਜ਼ ਦੇ ਰੋਜ਼ਿਸ ਹੁੰਦੇ, ਮਤਲਬ ਡਿਫਰੈਂਟ ਕਾਇੰਡਸ ਔਫ ਬਰੀਡਸ ਦੇ ਰੋਜ਼ਿਸ ਹੁੰਦੇ ਆ, ਸੋ ਦੇਖਣ ਵਾਲੀ ਚੀਜ਼ ਤਾਂ ਹੈ ਬਾਈ। ਅਤੇ ਉੱਥੇ ਬਹੁਤ ਵਧੀਆ ਮਾਹੌਲ ਹੋਊਗਾ, ਮੇਲਾ ਟਾਈਪ ਹੋਊਗਾ, ਅਤੇ ਬਹੁਤ ਫੇਮਸ ਜਗ੍ਹਾ ਉਹ, ਅਤੇ ਆਪਾਂ ਹੁਣ ਜਾਂਦੇ ਹਾਂ ਉੱਥੇ, ਸੋ ਤੁਸੀਂ ਬਣੇ ਰਹੋ ਚੈਨਲ 'ਤੇ। ਪਹੁੰਚ ਗਏ ਰੋਸ ਗਾਰਡਨ, ਬਹੁਤ ਜ਼ਿਆਦਾ ਰਸ਼ ਹੈ ਅਤੇ ਬਹੁਤ ਕਰਾਊਡ ਆਇਆ ਹੋਇਆ, ਬਹੁਤ ਜ਼ਿਆਦਾ, ਇੰਨਾ ਵੈਸੇ ਐਕਸਪੈਕਟਡ ਨਹੀਂ ਸੀਗਾ। ਤੁਹਾਨੂੰ ਮੈਂ ਇੱਕ ਮਿੰਟ ਲਿਟਲ ਲਿਟਲ ਵਿਊ ਦਿਖਾਉਣਾ ਇੱਥੇ ਦਾ, ਤੁਸੀਂ ਵਿਊ ਦੇਖੋ ਅਤੇ ਇੰਜੋਏ ਕਰੋ। ਇਹ ਵਾਲੇ ਰੋਜ਼ ਦਾ ਨਾਮ ਹੈਗਾ ਫਸਟ ਐਡ, ਅਤੇ ਇਹਦੇ ਵਿੱਚ ਇਹ ਰੋਜ਼ ਆ ਕਾਇੰਡ, ਇੱਕ ਮਿੰਟ, ਅਤੇ ਉਹਦੇ ਬਾਅਦ ਇੱਕ ਰੋਜ਼ ਆ ਰਿਹਾ ਜਿਵੇਂ ਨਹੀਂ, ਇਹਦੇ 'ਚ ਇਹ ਰੋਜ਼ ਆ ਯਾਰ, ਦੇਖੋ ਇਹ ਰੋਜ਼ ਮੋਸਟਲੀ ਆਪਣੇ ਲੋਕਲ ਲੱਗੇ ਹੀ ਹੁੰਦਾ, ਇਹ ਰੋਜ਼ ਨੂੰ ਇਹ ਕਹਿੰਦੇ ਆ, ਬਹੁਤ ਵਧੀਆ ਹੈ ਵੀ। ਹੁਣ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਰੋਜ਼ਿਸ ਨੇ ਇੱਥੇ। ਇਹ ਰੋਜ਼ ਦਾ ਨਾਮ ਹੈਗਾ ਹੈਪੀ ਡੇ, ਦੇਖੋ ਇਹ ਸਾਰੇ ਜਿੰਨੇ ਬਣੇ ਹੋਏ ਆ ਨਾ, ਸਾਰਿਆਂ 'ਚ ਅਲੱਗ ਅਲੱਗ ਡਿਫਰੈਂਟ ਕਾਇੰਡਸ ਦੇ ਰੋਜ਼ਿਸ ਲੱਗੇ ਹੋਏ ਆ ਸਾਰਿਆਂ 'ਚ। ਜਿਵੇਂ ਇੱਥੇ ਇੱਕ ਹੋਰ ਆ, ਇੱਥੇ ਹੈਗਾ ਸੁਪਰ ਰੈੱਡ, ਇਹ ਸੁਪਰ ਰੈੱਡ ਐਵੇਂ ਆ, ਪਤਾ ਨਹੀਂ ਮੈਨੂੰ ਤਾਂ ਸਾਰੇ ਸੇਮ ਜਿਹੇ ਲੱਗ ਰਹੇ ਸਾਰੇ। ਨਹੀਂ ਤੇਜਸਵੀ ਲੋਕ ਹੈ ਹਮਾਰੇ ਪਾਸ, ਕਿਤਨੇ ਸ਼ਾਨਦਾਰ ਵਿਚਾਰ ਰੱਖਦੇ ਹੈ ਜੀ। ਹੁਣ ਜਿਵੇਂ ਇਹ ਆ ਗਾਰਨੇਟ ਪਿੰਕ ਸਿੰਪੋਨ, ਇਹ ਵੀ ਐਵੇਂ ਆ। ਅੱਗੇ ਅੰਦਰ ਆ ਕੇ ਦਿਖਾਉਂਦੇ ਆਪਾਂ ਅੰਦਰ ਕਿਵੇਂ ਆ, ਭੀੜ ਭੂੜ ਤਾਂ ਬਹੁਤ ਜ਼ਿਆਦਾ ਇੱਥੇ, ਰਸ਼ ਬਹੁਤ ਜ਼ਿਆਦਾ ਰਸ਼ ਹੈ ਇੱਥੇ, ਅਤੇ ਮੇਰੇ ਲਈ ਬਹੁਤ ਚੈਲੇਂਜਿੰਗ ਹੈ ਕਿ ਮੈਂ ਇੰਨੀ ਭੀੜ ਦੇ ਵਿੱਚ ਵਲੌਗ ਬਣਾ ਰਿਹਾ ਵੀ, ਫਸਟ ਟਾਈਮ ਇੰਨੇ ਕਰਾਊਡ ਦੇ ਵਿੱਚ ਵਲੌਗ ਬਣਾ ਰਿਹਾ, ਬਹੁਤ ਔਖਾ ਲੱਗ ਰਿਹਾ, ਸਾਰੇ ਲੋਕ ਦੇਖ ਰਹੇ ਆ, ਸੋ ਬਹੁਤ ਚੈਲੇਂਜਿੰਗ ਆ। ਇਹ ਹੈਗਾ ਜਾਰਡੀਨੈਰੋ, ਇਹ ਰੋਜ਼ ਬਹੁਤ ਸੋਹਣਾ, ਕਰਾਊਡ ਦੇਖੋ ਯਾਰ।
ਬਾਕੀ ਇੱਥੇ ਕਿਊ ਆਰ ਕੋਡ ਲੱਗੇ ਹੋਏ, ਕਿਊ ਆਰ ਕੋਡ ਤੋਂ ਆਪਾਂ ਸਕੈਨ ਕਰਕੇ ਰੋਜ਼ ਦੀ ਇਨਫੋਰਮੇਸ਼ਨ ਲੈ ਸਕਦੇ ਹਾਂ। ਇਹ ਹੈਗਾ ਲੇਡੀ ਰੋਜ਼, ਲੇਡੀ ਰੋਜ਼ ਇਹ ਰਹੇ, ਬਹੁਤ ਜ਼ਿਆਦਾ ਵੱਡਾ ਹੈ, ਬਹੁਤ ਜ਼ਿਆਦਾ ਵੱਡਾ, ਦੇਖੋ ਬਹੁਤ ਜ਼ਿਆਦਾ ਵੱਡਾ। ਬਾਕੀ ਇੱਥੇ ਫੇਸ ਵਗੈਰਾ ਤੋਂ ਵੀ ਕੁਛ ਬਣਾ ਕੇ ਦੇ ਰਹੇ ਹਾਂ, ਕੋਈ ਆਰਟ ਵਗੈਰਾ। ਫਾਇਰ ਰੈਸਕਿਊ ਵਾਲੇ ਦੀ ਬਾਈਕ, ਉਹ ਵੀ ਇਹਨਾਂ ਨੇ ਇੱਥੇ ਸ਼ੋਅ ਲਈ ਲਾਈ ਹੋਈ ਆ, ਅਤੇ ਇਹਦੇ 'ਚ ਬਾਈਕ 'ਚ ਬਹੁਤ ਸਮਾਨ ਆ ਜੋ ਮਤਲਬ ਅੱਗ ਵਗੈਰਾ ਬੁਝਾਉਂਦਾ, ਸਾਰਾ ਕੁਛ ਆ, ਸਾਰੇ ਟੂਲਸ ਨੇ ਇਹਦੇ 'ਚ, ਹੋਰਨ ਵਗੈਰਾ ਲੱਗੇ ਹੋਏ ਆ, ਅਤੇ ਚੰਡੀਗੜ੍ਹ ਦੀ ਬਾਈਕ ਆ ਇਹ, ਮਤਲਬ ਬੁਲਟ ਹੈ, ਠੀਕ ਆ, ਬਹੁਤ ਵਧੀਆ ਵਾ। ਅਤੇ ਇਹ ਬੈਠੇ ਨੇ, ਠੀਕ ਆ, ਸੋ ਹੈਲਮਟ ਰੱਖਿਆ ਹੋਇਆ ਸਾਰਾ ਕੁਛ ਆ, ਮਾਈਕ ਮੂਇਕ ਵਿੱਚ ਮਾਈਕ ਵੀ ਲੱਗਿਆ ਹੋਇਆ ਆਪਾਂ ਬੋਲਣ ਵਗੈਰਾ ਲਈ। ਬਹੁਤ ਜ਼ਿਆਦਾ ਰਸ਼ ਆ, ਸਾਰਾ ਹੈਂਡਮੇਡ ਹੈ, ਹੈਂਡ ਹੱਥ ਨਾਲ ਬਣਾਇਆ ਸਾਰਾ, ਤੁਸੀਂ ਦੇਖ ਸਕਦੇ ਹੋ। ਭੀੜ ਬਹੁਤ ਹੈ, ਲੋਕਾਂ ਨੇ ਕਬਜ਼ਾ ਹੀ ਕਰ ਰੱਖਿਆ ਹੋਇਆ, ਲੋਕ ਤਾਂ ਮਤਲਬ ਕਿਆ ਹੀ ਦੱਸਿਆ, ਅੱਗੇ ਹੀ ਨਹੀਂ ਜਾਣ ਦੇ ਰਹੇ ਹੈਗੇ ਲੋਕ। ਹੁਣ ਅੱਗੇ ਚੀਜ਼ਾਂ ਵਧੀਆ ਆ ਰਹੀਆਂ, ਤੁਹਾਨੂੰ ਦਿਖਾਉਂਦੇ ਹਾਂ। ਇਹ ਸਾਰੇ ਕਾਰਪੇਟ ਟਾਈਪ ਬਣਾਏ ਹੋਏ ਆ ਹੈਂਡਮੇਡ, ਇਹ ਕਾਰਪੇਟ ਹੈ ਕੀ ਹੈ ਜੀ? ਓਕੇ, ਸਾਰਾ ਹੱਥ ਨਾਲ ਬਣਾਇਆ ਹੋਇਆ ਹੈ। ਇਹ ਮਖਾਣਿਆਂ ਨਾਲ ਬਣਾਇਆ ਹੋਇਆ ਹੈ,
ਮਖਾਣੇ, ਕਾਜੂ, ਬਦਾਮ ਵਗੈਰਾ। ਇਹ ਕੋਇਨ ਦਾ ਬਣਾਇਆ ਹੋਇਆ ਸਾਰਾ। ਚੂੜੀਆਂ ਹਾਂ, ਬਹੁਤ ਭੀੜ, ਬਹੁਤ ਆਂਟੀਆਂ ਆਈਆਂ ਹੋਈਆਂ, ਬਜ਼ੁਰਗ ਬਜ਼ੁਰਗ ਦੇਖਣ ਨੂੰ, ਮਤਲਬ ਬਹੁਤ ਕੁਛ ਇੱਥੇ। ਡਿਫਰੈਂਟ ਕਾਇੰਡਸ ਮਤਲਬ ਫਲਾਵਰਸ ਨੇ, ਕਿੰਨੇ ਵਧੀਆ ਲੱਗ ਰਹੇ ਨੇ। ਕਿੰਨਾ ਖਤਰਨਾਕ ਆ ਉਹ ਯਾਰ, ਆਹ ਸਭ ਤੋਂ ਵਧੀਆ ਹੈ।